ਆਏ ਬਾਬੇ ਉਹ ਘੈਂਟ ਸਾਰੇ ਅੱਜ ਦੇ ਵਲੌਗ ਦੀ ਸਟਾਰਟਿੰਗ ਫਿਰ ਇਸ ਤਰ੍ਹਾਂ ਬੈਠੇ ਆ, ਵਿਹਲੇ ਬੈਠੇ ਆ, ਸਾਰੇ ਕੰਮ ਕਰਕੇ ਤੇ ਛੁੱਟੀਆਂ ਸਕੂਲ ਖੁੱਲ ਚੁੱਕੇ ਆ। ਸਾਲਾ ਇਹ ਦੁੱਖ ਹੈ ਖਤਮ ਨਹੀਂ ਹੁੰਦਾ ਬੇ। ਤੇ ਕੀ ਕਹਿ ਸਕਦੇ ਹਾਂ, ਉੱਥੇ ਰੀਲਾਂ ਵੇਖੀਆਂ ਜਾਂਦੀਆਂ, ਸਕੂਲ ਖੁੱਲ ਗਿਆ ਤੇ ਰੀਲਾਂ ਹਲੇ ਵੀ ਚੱਲਣ ਦੀਆਂ। ਤੇ ਹੁਣ ਮੈਂ ਕੀ ਕਰਨਾ, ਪੜੋ ਦੋ ਭਰਾਵਾ, ਹੋਰ ਕੀ ਕਹਿ ਸਕਦੇ। ਪੜ੍ਹ ਲਿਖ ਕੇ ਸੁਪਰ ਬਣਨ ਨਾ, IPS ਹੋ ਗਈ ਇਹਨਾਂ ਦਾ। ਛਾਤਰੋਂ ਕੋ ਰਾਜਨੀਤੀ ਸੇ ਦੂਰ ਰਹਿਣਾ ਚਾਹੀਏ ਹੈ। ਸੋ ਅਬ ਪੜ੍ਹਾਈ ਲਿਖਾਈ ਮੇ ਧਿਆਨ ਲਗਾਓ, IAS ਬਨੋ ਔਰ ਦੇਸ਼ ਕੋ ਸੰਭਾਲੋ। ਲੇਕਿਨ ਨਹੀਂ ਤੁਮਾਰੀ ਤੇ ਆਪਾਂ ਕਰਦੇ ਹੁਣ ਪ੍ਰੈਂਕ ਆਪਣੇ ਕਈ ਯਾਰ ਜੋ ਦੋਸਤ ਨਾਲ, ਆਪਾਂ ਲਵਾਂਗੇ ਇਹਨੂੰ ਫੋਨ ਤੇ ਕਵਾਂਗੇ ਕਿ ਇਹ ਮੈਂ ਸੋਚਿਆ ਨਹੀਂ। ਉਹ ਯਾਰ ਲੱਭੀ ਮੈਂ ਬੜੀ ਚਿਰ ਪਹਿਲਾਂ, ਪਰ ਉਹ ਸੋਹਣਾ ਯਾਰ ਨਹੀਂ, ਮਤਲਬ ਆਪਾਂ ਉਹਨੂੰ ਫੋਨ ਲਾਵਾਂਗੇ, ਆਪਾਂ ਉਹਨੂੰ ਫੋਨ ਲਾਵਾਂਗੇ ਤੇ ਉਹਨੂੰ ਫੋਨ ਲਾ ਕੇ ਨਾ ਕੋਈ ਗੱਲ ਜਿਹੀ ਬਣਾ ਕੇ ਉਹਨੂੰ ਕਹਿਣੀ ਆ ਵੀ ਉਹਨੂੰ ਲੱਗੇ ਵੀ ਇਹ ਮੇਰੇ ਨਾਲ ਕੀ ਬਣ ਗਿਆ ਵਾ, ਮੈਂ ਤਾਂ ਇਸ ਤਰ੍ਹਾਂ ਕੁਝ ਕੀਤਾ ਨਹੀਂ। ਦੋ ਜਣੇ ਨੂੰ ਲਾਵਾਂਗੇ ਠੀਕ ਆ, ਇੱਕ ਨੂੰ ਲਾਵਾਂਗੇ ਵੀ ਇਸ ਤਰ੍ਹਾਂ ਇੱਕ ਦਾ ਮੇਰੇ ਤੋਂ ਦਿਮਾਗ 'ਚ ਆ ਗਿਆ ਵਾ, ਇੱਕ ਨੂੰ ਲਾਉਣਾ ਕੋਈ ਸੋਚ ਗਿਆ। ਪਹਿਲਾਂ ਮੈਂ ਦਿਲ ਤੇ ਕਰ ਲੱਗਾ, ਮੈਨੂੰ ਪੱਲਾ ਪਰ ਮੈਨੂੰ ਇੰਨਾ ਵਰੇ, ਮੈਂ ਕਹਿੰਦੇ ਇੰਨੇ ਹੋਰ ਲੜਾ ਮੈਨੂੰ ਬਾਹਰ ਆਈ ਜਾਣਾ ਵਾ, ਤਾਂ ਨਹੀਂ ਮੈਂ ਲਾਇਆ ਵੀ, ਮੈਂ ਕਿਹਾ ਇਹਨੂੰ ਲੈ ਕੇ ਆਉਂਦੇ। ਚੱਲ ਤੂੰ ਛੱਡ, ਤੂੰ ਹੁਣ ਲਾ, ਮੈਂ ਇਹਨਾਂ ਨੂੰ ਮੈਂ ਨੰਬਰ ਦਿੰਦਾ। ਰੁਕ ਜਾ ਭਰਾ, ਆਹ ਠੀਕ ਆ, ਨੰਬਰ ਨਾ ਵਿਖਾਏ ਨਾ ਲਾਉਂਦੇ ਤੇ ਹੈਲੋ 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 ਨੂਰ ਬੋਲਦਾ, ਖੜੀਆਂ ਤੇ ਖੜੀਆਂ ਤੋਂ ਹੋ ਗਈ ਆ, ਦੋ ਬੰਦੇ ਨਾਲ ਕਰ ਲਿਆ ਹੋਵੇ, ਇੱਕ ਨੂੰ ਪਤਾ ਲੱਗ ਗਿਆ, ਦੂਜਾ ਘਰੇ ਨਹੀਂ, ਉਹਦੀ ਮਾਤਾ ਨੇ ਫੋਨ ਚੁੱਕਿਆ, ਕਿਸਮਤ ਦੀ ਮਾੜੀ ਹੋਈ ਬਈ ਅੱਜ। ਤੀਜਾ ਹੁਣ ਲੱਗ ਵੇਨੇ ਹੁਣ ਕੀ ਮੰਨਦਾ, ਸਿੱਧਾ ਕਰੇ ਆਂਟੀ ਕੀ ਕਿਹਨੂੰ ਲਾਇਆ ਜੀ। ਹੈਲੋ 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 ਕਿੱਥੋਂ ਬੋਲਦੇ ਤਿੰਨ ਵੀ ਟਰਾਈ ਆਪਣੀ ਚੌਥੀ ਟਰਾਈ ਆ, ਦੋ ਤਿੰਨ ਟਰਾਈਆਂ ਬਸ ਕਰਨੀਆਂ, ਹੋਰ ਜੇ ਨਹੀਂ ਹੋਈਆਂ ਬਸ ਫਿਰ ਇਹਨੇ ਪਾਰਟੀ ਦੇਣੀ ਮੈਨੂੰ, ਫਿਰ ਮੈਨੂੰ ਪਾਰਟੀ ਦੇਣੀ ਇਹਨੇ ਜਾ ਜੇ ਆ ਵਧੀਆ ਬਣ ਗਈ ਨਾ, ਦੋ ਤਿੰਨ ਜਾਣਾ ਨਾ ਹੋ ਗਿਆ ਬਣਾ ਤੇ ਤੈਨੂੰ ਮੈਂ ਮੂੰਹ ਸੁਆ ਲਿਆਉਂਗਾ ਜਾ। ਨਹੀਂ ਦੋ ਤਿੰਨ ਨਾਲ ਹੈ, ਦੋ ਤੇ ਚੱਲ ਦੋ ਤੇ ਠੀਕ ਆ, ਪਰ ਐਂ ਕਿ ਮੈਂ ਤੇਰਾ ਸਕਸੈਸ ਭੁੱਲ ਕੇ ਰਹਿ ਦੂੰਗਾ। ਤੂੰ ਬੋਲ ਤੂੰ ਬੋਲ ਤੂੰ ਦੱਸਾਂ ਬੋਲਣਾ ਕੀ, ਉਹਨੂੰ ਬੋਲੀ ਵੀ ਤੁਹਾਡੀ ਦੁਕਾਨ ਨੂੰ ਦੁੱਧ ਲੈ ਕੇ ਗਿਆ ਹਾਂ, ਅਤੇ ਉਹਨੂੰ ਦੁੱਧ ਵਾਲਾ ਵਾ ਤਾਂ ਉਹਨੂੰ ਕਹੀ ਵੀ ਤੁਹਾਡੀ ਦੁਕਾਨ ਨੂੰ ਦੁੱਧ ਲੈ ਕੇ ਗਿਆ, ਗੁਰੂਆ ਖਰਕਿਆ ਦੁੱਧ ਦਿੰਦੇ ਜੀ ਤੁਸੀਂ ਇੱਦਾਂ ਦਾ ਬੋਲ। ਅੱਛਾ ਅੱਛਾ ਦੁਬਾਰਾ ਲਾ, ਹੈਗਾ ਠੀਕ ਆ, ਇੱਦਾਂ ਬੋਲਣਾ ਜੀ।
ਪਤਾ ਤੇਰੀ ਫੋਨ ਤੇ ਯਾਰ ਮੇਰੀ ਵਾਇਸ ਸਾਰੇ ਨੂੰ ਪਤਾ ਨਹੀਂ ਮੇਰੀ ਵਾਇਸ ਬੜੀ ਭਾਰੀ ਆ ਤੇ ਮਾਮਾ ਉਹਦੇ ਨਾਲ ਲੜੀ ਕੇ ਹੈਲੋ 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 ਤੋਂ ਮੈਂ ਕਰੀ ਗਈ ਯਾਰ ਮੇਰੀ ਵਾਇਸ ਦੀ ਬਾਤ ਆ ਗਈ ਮੈਨੂੰ ਵਾਇਸ ਬਦਲਣੀ ਵੀ ਚੱਜ ਰਾਣੀ ਨਾ ਆਉਂਦੀ ਹੈਲੋ ਜੀ ਆਪ ਹੈਲੋ ਦੀਦੀ ਸਤਿ ਸ਼੍ਰੀ ਅਕਾਲ ਹਾਂਜੀ ਕੌਣ ਕੁਝ ਨਾ ਕਹੀ ਜਸਪ੍ਰੀਤ ਨੀ ਮੁੰਡਾ ਹੀ ਆ ਜਸਪ੍ਰੀਤ ਹੀਗਾ ਤੂੰ ਬੋਈ ਆਵਾਜ਼ ਹੀ ਇਹੋ ਜਿਹੀ ਆ ਇਸ ਕੀ ਆਵਾਜ਼ ਲੜਕੀ ਜੈਸੀ ਕਿਉਂ ਆ ਰਹੀ ਤੂੰ ਦੀਦੀ ਦੀਦੀ ਕਰੀ ਜਾਂਦਾ ਗਾੜੀ ਹੁਣ ਇਹਨੇ ਹੁਣ ਹੁਣ ਸੁਣ ਹੁਣ ਤੂੰ ਦੀਦੀ ਕਹੀ ਤੇ ਕਈ ਤੁਹਾਡੀ ਦੁਕਾਨੋਂ ਦੁੱਧ ਲਿਆ ਜੀ ਬੜਾ ਗਰਕਿਆ ਨਿਕਲਿਆ ਵਾ ਹੈਲੋ ਹਾਂਜੀ ਕੌਣ ਕਹਿ ਵੀ ਤੁਹਾਡੀ ਦੁਕਾਨੋਂ ਦੁੱਧ ਲਏ ਗਏ ਇੰਨਾ ਗਰਕਿਆ ਦੁੱਧ ਡੇਰੀ ਆ ਨਾ ਤੁਹਾਡੀ ਕਹਿ ਹੈਲੋ ਜਿਹੜਾ ਕੱਲ ਦੁਕਾਨੋਂ ਦੁੱਧ ਲੈ ਕੇ ਗਿਆ ਹੈਲੋ ਜਿਹੜਾ ਕੱਲ ਦੁਕਾਨੋਂ ਦੁੱਧ ਲੈ ਕੇ ਗਿਆ ਸੀ ਜਸਪ੍ਰੀਤ ਨੂੰ ਕਹਿਣਾ ਕਹਿ ਪਿੰਡ ਵਾਲਾ ਬਿੱਟੂ ਆ ਤੇ ਦੁੱਧ ਜਿਹੜਾ ਲੈ ਗਿਆ ਫੜ ਗਿਆ ਮਾਮਾ ਬੁਕਤਾ ਮਾੜਾ ਦੁੱਧ ਆ ਤੈਨੂੰ ਗੱਲ ਹੀ ਨੀ ਕਰਨੀ ਆਉਂਦੀ ਚੱਲ ਦੁਬਾਰਾ ਇਸ ਤਰ੍ਹਾਂ ਲਾ ਹੁਣ ਕਹੀ ਵੀ ਤੁਹਾਡਾ ਦੁੱਧ ਹੀ ਬੜਾ ਗਰਕਿਆ ਗੁਰੂ ਫੁੱਟ ਹੀ ਗਿਆ ਵਾ ਇਸ ਤਰ੍ਹਾਂ ਕਹਿ ਕਹੀ ਬਿੱਟੂ ਤੁਹਾਡੇ ਪਿੰਡ ਵਾਲਾ ਪਤਾ ਨੀ ਕਰ ਇੱਥੇ ਬਹਿ ਭੋਰੀ ਜਾਣਦਿਆਂ ਉਹਦੇ ਹੈਲੋ ਬਿੱਟੂ ਤੁਹਾਡੀ ਦੁਕਾਨ ਤੇ ਨੀ ਆਉਂਦਾ ਬਿੱਟੂ ਕਿਹੜਾ ਦੁਕਾਨੋਂ ਦੁੱਧ ਲੈਣਾ ਬੰਦ ਕਰ ਦੇਣਾ ਗਾ ਨਹੀਂ ਤੁਹਾਡਾ ਦੁੱਧ ਫੁੱਟ ਗਿਆ ਵੀਰ ਨਹੀਂ ਵੀ ਤੂੰ ਗੱਲ ਕਿੱਦਾਂ ਕਰਨਿਆ ਨੂੰ ਮੈਂ ਨਾ ਨਹੀਂ ਵੀਰ ਮੈਂ ਹੁਣੇ ਆਉਣ ਲੱਗਾ ਹੀ ਤੇਰੇ ਘਰੇ ਆਉਣ ਲੱਗਾ ਹੀ ਹੁਣੇ ਮੈਂ ਕਈ ਪੈਸੇ ਦੁੱਧ ਦੇ ਮੋੜ ਮੈਨੂੰ ਹੁਣੇ ਪੈਸੇ ਦੁੱਧ ਦੇ ਮੋੜ ਮੈਨੂੰ ਹੁਣੇ ਕਈ ਤੂੰ ਬੋਲਦਾ ਕਿੱਦਾਂ ਵਾ ਮੈਨੂੰ ਦੁੱਧ ਮੋੜ ਮੇਰਾ ਸੁਣਨਾ ਸੁਣ ਘੱਟ ਦੁਬਾਰਾ ਲਾ ਘੱਟ ਉਹਨੂੰ ਕਹੀ ਮੇਰੇ ਭਰਾ ਨਾਲ ਗੱਲ ਕਰ ਫਿਰ ਮੈਂ ਗੱਲ ਕਰਦਾ ਭਰਾ ਉਹਦੇ ਅੱਗੇ ਅੱਖਾਂ ਦੇ ਪਿੱਛੇ ਨਿਕਲ ਆ ਕੇ ਬੈਠਾ ਕਹਿਤਾ ਉਹਨੇ ਹੈਲੋ
ਆਉਣ ਲੱਗਾ ਹੀ ਹੁਣ ਮੈਂ ਤੁਹਾਡੇ ਘਰੇ ਆਉਣ ਲੱਗਾ ਇਹ ਬੂਹਾ ਖੋਲ ਲਾ ਮੈਂ ਤੈਨੂੰ ਦੱਸਤਾ ਹੀ ਪੈਸੇ ਲੈਣੇ ਹੀ ਹੁਣ ਮੈਂ ਤੇ ਮੁੜ ਕੇ ਨਾ ਕਹੀਂ ਤੇ ਦੱਸਿਆ ਨਹੀਂ ਉਹਨੇ ਤਰਕ ਕਰ ਲਾ ਮਾਤਾ ਆਪਦੀ ਨੂੰ ਨਹੀਂ ਤੂੰ ਗੱਲ ਕਿੱਦਾਂ ਕਰਨੇ ਆ ਯਾਰ ਲਾਵੇ ਬਾਬਿਓ ਇੱਕ ਬੰਦੇ ਨੂੰ ਆਪਾਂ ਪੂਰਾ ਕਮਲਾ ਬਣਾਤਾ ਜਦੋਂ ਉਹਨੂੰ ਕਮਲੇ ਬਣਾਉਂਦੇ ਐਂਡ ਜੀ ਤੇ ਇਹਨੂੰ ਦੱਸਿਆ ਅਸੀਂ ਆ ਵੇਰੀ ਸਟੋਰੇਜ ਬੋਲੋ ਗਈ ਫੋਨ ਦੀ ਹੁਣ ਫੇਰ ਕੀ ਕਿਹਾ ਵੀਰ ਜੀ ਕਿੰਨੇ ਗਿਆ ਫਿਰ ਕਿਸੇ ਨੂੰ ਹੋਰ ਇਹਨੂੰ ਫੋਨ ਲਾਉਂਦੇ ਹਾਂ ਇੱਕ ਰਿਹਾ ਆਪਣਾ ਸਹੀ ਹੋ ਗਿਆ ਗੁਰੂ ਉਹਨੇ ਪੂਰਾ ਉਹਨੇ ਰਾਤ ਨੂੰ ਮਾਤਾ ਨੂੰ ਫੋਨ ਉਡਾਤਾ ਸੀ ਕਹਤੇ ਅਸੀਂ ਉਹਦੀ ਡੇਰੀ ਆ ਜਿਹੜੇ ਮੁੰਡੇ ਨੂੰ ਫੋਨ ਲਾਏਗਾ ਤੇ ਉਹਨੂੰ ਇੰਨਾ ਕਮਲਾ ਕਰਤਾ ਪੂਰਾ ਰਾਣਾ ਬੋਲਦਾ ਅਰੇ ਉਹ ਯਾਰ ਰਾਣੇ ਨੂੰ ਲਾਇਆ ਸੀਗਾ ਉਹਨੂੰ ਮੰਜਾ ਦੇ ਗਿਆ ਸੀ ਉਹਨੇ ਤੇ ਉਹ ਦਿੱਤਾ ਨੀ ਉਹਨੇ ਰਾਣਾ ਹੀ ਬੋਲਦਾ ਨਾ ਹੈਲੋ ਲਾਈਏ ਫੇਰ ਟਰਾਈ ਕਰੀ ਪੰਜ ਹੀ ਨਾ ਅੱਖਰ ਕਦੇ ਬਾਹਰ ਨਾ ਲਾ ਦੀ ਹੈਲੋ ਹਾਏ ਤਾਂ ਜਵਾਕਾਂ ਵਾਲੀ ਖੇਡਿਆ ਤੂੰ ਲਾਇਆ ਕਰ ਨਹੀਂ ਦੋ ਫੋਨ ਲਾਏ ਦੋਵੇਂ ਕੁੜੀਆਂ ਨੂੰ ਜਾ ਕੇ ਲੱਗੇ ਕੱਡੀ ਕਿਸਮਤ ਤੇਰੀ ਬਈ ਨਾ ਬੰਦੇ ਜੇ ਨੂੰ ਲੱਗਾ ਹੈ ਨਾ ਭਈਆ ਜਾਂ ਬੋਲਦਾ ਉਹ ਮਾਮਾ ਉਹ ਬੁੱਢੀ ਸੀ ਭਈਆ ਨਹੀਂ ਸੀ ਉਹ ਭਈਆ ਸੀ ਪੰਜਾਬ ਦਾ ਸੀਗੇ ਲੋ ਬਈ ਜਨਤਾ ਕਿੰਨੇ ਫੋਨ ਲਿਆ ਹੋਣਗੇ ਨੰਬਰ ਕਿੰਨੇ ਜਾਣੇ ਪਲੀਜ਼ ਸਬਸਕ੍ਰਾਈਬ ਕਰ ਦੋ ਮੇਰੇ ਭਰਾ ਵੀਰ ਭਰਾ ਸਰਕਾਰ ਪਰ ਤੇ ਕਮੈਂਟ ਕਰਦੇ ਕਰੋ ਮੈਨੂੰ ਹੌਸਲਾ ਹੀ ਹੋ ਜਾਂਦਾ ਤੂੰ ਉਹ ਘਰੇ ਜਾ ਕੇ ਕਰਦੇ ਕਰ ਯਾਰ ਇੱਕ ਦੋ ਹੀ ਸਹੀ ਕਹਾਂ ਸੇ ਆਤੇ ਹੈ ਜਾ ਕੇ ਕਰਦੇ ਹੁਣ ਬਲਾ ਸਿਰਫ ਦੋ ਨੰਬਰ ਆਪਾਂ ਹੋਰ ਲਾ ਕੇ ਵੇਖਨੇ ਠੀਕ ਆ ਆ ਤੇਰਾ ਪੈ ਰਿਹਾ ਮੈਂ ਪਾਣੀ ਨੰਬਰ ਆਇਆ ਨੰਬਰ ਹੈਲੋ 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 ਰੋਸ਼ਨ ਕਿੱਥੋਂ ਬੋਲਦੇ ਜੀ ਦਿੱਲੀ ਲਾਇਆ ਸੀ ਤੇ ਫੋਨ ਦਿੱਲੀ ਦਿੱਲੀ ਨਹੀਂ ਆ
ਫਿਰ ਨੀ ਚੱਕਰ ਹੁੰਦਾ, ਫਿਰ ਬੰਦਾ ਕਹਿੰਦਾ ਮੈਂ ਫੇਮਸ ਬੜਾ ਵਾ, ਮੈਂ ਫੋਨ ਫੂਨ ਦਿਆ ਵਾ, ਆਪਾਂ 100 ਸਬਸਕ੍ਰਾਈਬਰ ਲੈ ਕੇ ਵੀਡੀਓ ਬਣਾ ਕੇ ਉਹਨਾਂ ਨੂੰ ਕਹੀ ਜਾਈਏ ਤੇ ਉਹ ਕਰੋ ਪ੍ਰਭ ਆਉਂਦੇ ਹੀ ਫੋਨ। ਉਹ ਮੈਂ ਜਾਣਾ ਕਰਨੂੰ, ਚੱਲ ਫਿਰ ਬਸ ਕਰੀਏ ਇੱਕ ਮਿੰਟ। ਤੇ ਲਓ ਜੀ ਬਾਬੇ, ਉਹੀ ਆਪਣਾ ਅੱਜ ਦਾ ਪ੍ਰੈਂਕ, ਤੇ ਪ੍ਰੈਂਕ 'ਚ ਤੇ ਅੱਧੀਆਂ ਹੁਣ ਤੇ ਆਪਣੇ ਜਿਹੜੇ ਯਾਰ ਬੇਲੀਆਂ ਦਾ ਲਿਆ ਉਹਨਾਂ ਨੇ ਤਾਂ ਪਾ ਲਾ ਕੇ ਮੇਰੀ ਆਵਾਜ਼ ਬੜੀ ਭਾਰੀ। ਇੱਕ ਨੂੰ ਬਣਾਇਆ ਪ੍ਰਭ ਨੇ ਗੱਲ ਕੀਤੀ, ਅਸੀਂ ਰਾਜੂ ਨੂੰ ਫੋਨ ਲਾਇਆ ਸੀਗਾ, ਨਹੀਂ ਜਨਾਨੀ ਤੇ ਮੈਨੂੰ ਤੂੰ ਲੱਗਣ ਦੀ ਆ। ਪੁਰਾਣੇ ਯਾਰ ਦੋਸਤ ਹੋਣਗੇ ਤੇ ਅੱਜ ਦਾ ਇਹੋ ਪੈਕ ਸੀਗਾ, ਵਧੀਆ ਲੱਗਾ, ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਜਾਂ ਇਹਤੇ ਹੀ ਉਪਰਾ ਥੱਲੇ ਕਰ ਇਹਨੂੰ 100 ਵਿਊ ਸਿਰਫ, ਇੱਥੇ ਵੀ 100 ਵਿਊ, ਨਹੀਂ 100 ਨੀ 150 ਯਾਰ, 150 ਵਿਊ। ਪਿਛਲੀ ਵੀ ਜਿਹੜਾ ਚੈਲੰਜ ਕੀਤਾ ਉਹਦੇ ਤੇ ਵੀ 200 ਵਿਊ ਆ ਗਿਆ, ਉਹਦੇ ਵੀ ਆਪਾਂ ਕੱਲ ਪਰਸੋਂ ਤੱਕ ਲੈ ਆਵਾਂਗੇ। ਹੁਣ ਵੀਡੀਓ ਰੇਟ ਦੂਰ ਬੜੀ ਆਉਂਦੀ, ਗਰਮੀ ਬੜੀ ਯਾਰ, ਬਣਾਉਂਦੇ ਕੀ ਕਰਦਾ ਮੈਨੂੰ ਆਂਦਾ ਛੋਟੇ ਜਿੱਡਾ ਤੇਰਾ ਕਰ ਦੇ ਹਾਂ ਐਡੀ ਮੇਰੀ ਬਾਹ ਆਈਆਂ ਤੇ ਆ ਵੇਲਾ ਚੈਲੰਜ ਇਹਨਾਂ ਕੀ ਜੇ ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰੋ ਕਿੰਨਾ ਲੱਗਾ ਤੇ ਮੇਰੇ ਘਰ ਦੇ ਬੂਹੇ ਘੜੀ ਖਲੋਤੇ ਆ। ਹੋਰ ਗਾੜੀ ਵੀ ਕਰਨਾ ਹੋਵੇ ਤੇ ਥੱਲੇ ਮੈਸੇਜ ਕਰ ਦਿਓ। ਚੰਡਾ ਮਰਾਏਗਾ ਮੇਰੇ ਤੋਬਾ 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 ਥਾਰਾ ਮੂਡ ਖਰਾਬ ਕਰ।